ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਠ ਜੀ ਦਾ ਧਿਆਨ ਦਰ ਕੇ ਬੋਲੋ ਜੀ ਵਾਹਿਗੁਰੂ। ਹੋਰ ਇੱਕ ਕਿਸੇ ਦਾ ਕਮੈਂਟ ਆਇਆ ਬਾਈ, ਰੋਜ਼ ਹੀ ਕਮੈਂਟ ਕਰੀ ਜਾਂਦਾ ਵੀ ਵੋਟ ਫੋਰ ਲਿਵਿੰਗ ਇਨ ਮੋਟਰ ਫੋਰ 24 ਆਵਰਸ। ਵਿਊ ਤਾਂ ਦੇਖ ਸਕਦੇ ਆ, ਆਪਾਂ ਪਹਿਲਾਂ ਵੀ ਦਿਖਾ ਦਿੱਤਾ ਸਾਨੂੰ। ਇਹ ਤਾਂ ਮੇਰੇ ਤੇ ਡਿਪੈਂਡ ਕਰਦਾ ਵੀ ਇਹ ਵਿਊ ਤੇਰਾ ਮੈਂ ਐਡੀਟਿੰਗ 'ਚ ਰਹਿਣ ਦੇਣਾ ਕਿ ਨਹੀਂ। ਤੇਰੀ ਲਈ ਰੀਲਾਂ ਬਣਦੀਆਂ, ਆਹ ਦੇਖੋ ਆ ਗਿਆ ਬਾਈ ਹੁਣੀ, ਆ ਗਿਆ ਟਰੇਟਰ ਲੈ ਕੇ ਰੀਲਾਂ ਬਣਾਉਣ। ਨਿਕਲ ਚੁੱਕੇ ਹਾਂ ਅੱਜ ਆਪਾਂ ਅਨਪਲੈਨਡ ਟ੍ਰਿਪ ਤੇ। ਲਓ ਜੀ, ਆ ਚੁੱਕਿਆ ਸਾਡਾ ਪੀਜ਼ਾ ਪਨੀਰ ਬਟਰ ਮਸਾਲਾ। ਹੈਲੋ ਗਾਇਸ ਐਂਡ ਗਾਇਸ ਨੀਸ, ਵੈਲਕਮ ਟੂ ਡੇ ਵਿਸ਼ ਦਸਾਂਝ ਬਲੌਗਸ, ਨਵੇਂ ਗਰਮ ਗਰਮ ਬਲੌਗ ਮੈਂ ਆਪਕਾ ਸਵਾਗਤ ਹੈ। ਸੋ ਮਿੱਤਰੋ, ਇਸ ਸੰਡੇ ਜਿਮ ਤੋਂ ਛੁੱਟੀ, ਆਪਾਂ ਜਾਣਾ ਗੁਰਦੁਆਰਾ ਸਾਹਿਬ। ਸੋ ਤਨ ਮਨ ਕੋ ਮੈਨੇ ਧੋ ਲਿਆ ਹੈ, ਚਲੋ ਆਪ ਚਿੱਟਾ ਦੁੱਧ ਲੈਣੇ ਚਲਤੇ ਹੈ। ਨੀਂਦ ਮੇਰੀ ਅੱਜ ਵੀ ਚੱਜ ਨਾਲ ਪੂਰੀ ਜੀ ਨਹੀਂ ਹੋਈ ਮੈਨੂੰ ਇੱਦਾਂ ਲੱਗਦਾ। ਪੱਕਦੀਆਂ ਆ ਜੇ ਹੈ, ਲੰਗਰ ਤਿਆਰ ਹੋ ਰਿਹਾ ਅਜੇ, ਬਾਬਿਆਂ ਨੇ ਆਉਣਾ ਛਕਣ, ਬੈਠਣ ਦੀ ਵਿਵਸਥਾ ਕਰਤੀ ਹੈ ਗੁਰਦੁਆਰਾ ਸਾਹਿਬ। ਹਜੇ ਬਾਅਦ 'ਚ ਜਾਵਾਂਗੇ, ਪਹਿਲਾਂ ਇੱਥੇ ਸੇਵਾ ਕਰਾਉਣੀ ਪੈਣੀ ਆਪਾਂ ਨੂੰ। ਤੁਹਾਨੂੰ ਦੱਸਿਆ ਸੀ ਪ੍ਰੋਗਰਾਮ ਹੈ ਜੀ, ਪ੍ਰੋਗਰਾਮ ਮਤਲਬ ਸਿੱਖ ਬਿਠਾਉਣੇ ਆ ਗੁਰਦੁਆਰਾ ਸਾਹਿਬ ਤੋਂ, ਬਾਬਾ ਜੀ ਆਉਣਗੇ ਅਤੇ ਉਹਨਾਂ ਨੂੰ ਲੰਗਰ ਛਕਾਉਣਾ ਘਰ, ਸਿੱਖ ਬਿਠਾਉਣਾ ਕਹਿ ਦਿੰਦੇ ਆ ਦੇਸੀ ਭਾਸ਼ਾ 'ਚ, ਪੰਜਾਬ ਪਿੰਡਾਂ 'ਚ। ਲੇਟ ਹੋ ਜਾਣਾ ਜੀ ਆਪਾਂ ਗੁਰਦੁਆਰਾ ਸਾਹਿਬ, 8:30 ਆਲਰੇਡੀ ਹੋ ਚੁੱਕੇ ਆ। ਟੋਪੀ 'ਚ ਹੀ ਆ ਗਿਆ ਮੈਂ ਬਈ, ਏਜੰਸੀਆਂ ਦਾ ਬੰਦਾ ਨਾ ਮੈਂ, ਇਸ ਕਰਕੇ। ਸਬਜ਼ੀ ਖੀਰ, ਲੰਗਰ ਤਿਆਰ ਆ ਜੀ, ਲੰਗਰ ਸੋਰੀ ਮੈਂ ਇੱਥੇ ਹੋਰ ਤਰ੍ਹਾਂ ਕਹਿਣ ਲੱਗਾ, ਇੱਥੇ ਨਹੀਂ ਕਹਿ ਸਕਦੇ, ਉਹ ਗਲਤ ਲੱਗਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਠ ਜੀ ਦਾ ਧਿਆਨ ਦਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਨੌਂ ਵੱਜ ਚੁੱਕੇ ਆ ਜੀ, ਹੁਣ ਚੱਲੇ ਹਾਂ ਸੇਵਾ ਕਰਨ। ਬਾਬਾ ਜੀ ਲੰਗਰ ਛੱਕ ਕੇ ਜਾ ਚੁੱਕੇ ਆ, ਹੁਣ ਚੱਲਦੇ ਹਾਂ ਗੁਰਦੁਆਰਾ ਸਾਹਿਬ। ਲੇਟ ਹੋ ਗਿਆ ਅੱਜ ਕਾਫੀ। ਆਹੋ ਜੀ, ਪੇਂਟ ਵਾਲਾ ਕੰਮ ਤਾਂ ਹੋ ਚੁੱਕਾ, ਫਿਨਿਸ਼ ਹੋ ਗਿਆ ਸਾਰਾ ਪੇਂਟ ਦਾ ਕੰਮ। ਜਿੱਧਰ ਦੇਖੋ ਪੇਂਟ ਹੀ ਪੇਂਟ ਹੋ ਰਿਹਾ, ਸਾਡੀ ਜ਼ਿੰਦਗੀ 'ਤੇ ਜੋ ਕਿ ਡਾਰਕ ਰਹਿ ਗਿਆ। ਲਓ ਜੀ, ਏਜੰਸੀਆਂ ਦੇ ਬੰਦੇ ਨੇ ਟੋਪੀ ਬੰਨ ਕੇ ਸੇਵਾ ਕਰ ਲਈ ਆ। ਅੱਜ ਥੋੜ੍ਹਾ ਜ਼ਿਆਦਾ ਮਿਹਨਤ ਦੀ ਲੋੜ ਪਈ, ਕਿਉਂਕਿ ਰੰਗ ਕਰ ਰਹੇ ਸੀ ਨਾ, ਉਹ ਤੋਂ ਕਾਫੀ ਗੰਦ ਗੁੰਦ ਜਿਹਾ ਪਿਆ ਸੀਗਾ। ਹਾਂ ਜੀ, ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਕਈ ਬੰਦੇ ਪੁੱਛ ਰਹੇ ਸੀਗੇ, ਪੜ੍ਹ ਸਕਦੇ ਹੋ ਤੁਸੀਂ। ਲਓ ਜੀ, ਏਜੰਸੀਆਂ ਦਾ ਬੰਦਾ ਟੋਪੀ ਪਾ ਕੇ ਫੇਰ ਤੋਂ ਆ ਚੁੱਕਾ ਗੁਰਦੁਆਰਾ ਸਾਹਿਬ ਸੇਵਾ ਕਰਨ। ਲਓ ਜੀ, ਏਜੰਸੀਆਂ ਦੇ ਬੰਦੇ ਨੇ ਵਾਈਪਰ ਤੋੜਤਾ ਗੁਰਦੁਆਰਾ ਸਾਹਿਬ 'ਚ, ਮਕਸਦ ਕਾਮਯਾਬ ਹੋ ਗਿਆ ਏਜੰਸੀਆਂ ਦੇ ਬੰਦੇ ਦਾ। ਹੁਣ ਵੈਸੇ ਸੋਚਣ ਵਾਲੀ ਗੱਲ ਆ ਵੀ ਬਾਬਾ ਜੀ ਮੈਨੂੰ ਸੇਵਾ ਕਰਨ ਦਾ ਪੁੰਨ ਦੇਣਗੇ ਜਾਂ ਵਾਈਪਰ ਤੋੜਨ ਦਾ ਪਾਪ। ਇੰਟਰਸਟਿੰਗ। ਮਿੱਤਰੋ, ਸੇਵਾ ਕਾ ਕਾਮ ਹਮਾਰਾ ਸਮਾਪਤ ਹੋ ਚੁੱਕਾ ਹੈ। ਲੇਟ ਆਇਆ ਥਾ ਵੈਸੇ, ਸੋਚਾ ਤਾਂ ਬਹੁਤ ਲੇਟ ਹੋ ਜਾਊਂਗਾ, ਬਟ ਅਭੀ 10:30 ਵੀ ਨਹੀਂ ਹੋਏ, ਬੀਬੀ ਸਾਥ ਮੈਂ ਆ ਗਈ ਸੀ ਨਾ, ਉਸਕੀ ਵਜ੍ਹਾ ਸੇ ਜਲਦੀ ਨਿਬੜ ਗਿਆ। ਚੱਲ ਬਈ, ਲੈਪਟੋਪ ਸੇ ਅੱਜ ਬਾਥਿੰਗ ਡਿਆ ਤੇਰਾ, ਦਿਲ ਤੇ ਲੱਗੀਆਂ ਚੀਜ਼ਾਂ ਨੂੰ ਜੱਟ ਸਾਂਭ ਸਾਂਭ ਕੇ ਰੱਖਦਾ ਏ। ਲਓ ਜੀ, ਖੀਰ ਮੇਰੇ ਵੀਰ, ਸਵੇਰੇ ਜਿਹੜਾ ਕੋਠੀ 'ਚ ਲੰਗਰ ਛਕਾਇਆ ਆਪਾਂ ਬਾਬਾ ਜੀ ਨੂੰ, ਉਹਦੀ ਖੀਰ ਆ ਇਹ। ਮੌਸਮ ਬੜਾ ਅਜੀਬ ਜਿਹਾ ਹੋ ਗਿਆ ਯਾਰ, ਨੀਂਦ ਜੀ ਆਈ ਜਾਂਦੀ ਆ। ਸੋ ਅੱਜ ਦਾ ਪਹਿਲਾ ਕਮੈਂਟ, ਵੀਰ ਕਹਿੰਦਾ ਲਾਈਵ ਰੋਸਟਿੰਗ ਸ਼ੁਰੂ ਕਰੋ ਰੀਲ 'ਤੇ। ਲਾਈਵ ਰੋਸਟਿੰਗ ਯਾਰ, ਹਾਂ ਬਹੁਤ ਨਜ਼ਾਰਾ ਆਊ ਲਾਈਵ ਰੋਸਟਿੰਗ ਕਰਨ ਦਾ, ਮੈਂ ਸੋਚ ਰਿਹਾ ਐਕਚੁਅਲੀ ਕਰਨ ਦਾ, ਬਟ ਮੈਂ ਜੇ ਕਨਫਿਊਜ਼ ਹਾਂ ਉਹ ਕਿੱਥੇ ਕਰਾਂ। ਇਸ ਚੈਨਲ 'ਤੇ ਤਾਂ ਵਲੋਗਿੰਗ ਕਰਨੀ ਆਪਾਂ, ਮੇਨ ਚੈਨਲ 'ਤੇ ਮੇਨ ਚੈਨਲ ਵਾਲਾ ਕੰਮ ਆ, ਜਾਂ ਸੋਚਦੇ ਇੱਕ ਤੀਜਾ ਚੈਨਲ ਬਣਾਈਏ, ਪਰ ਮੈਂ ਇਹਨਾਂ ਚੀਜ਼ਾਂ 'ਚ ਮੇਰੀ ਲਾਈਫ ਤੁਸੀਂ ਦੇਖ ਹੀ ਰਹੇ ਹੋ, ਮੈਂ ਬੜਾ ਉਲਝੇ ਜਾਣਾ। ਸੋ ਮੈਂ ਥੋੜ੍ਹੇ ਟਾਈਮ ਲਈ ਇੰਸਟਾਗ੍ਰਾਮ ਖੋਲਿਆ, ਬਟ ਬੜੀ ਇੱਕ ਵਧੀਆ ਖਬਰ ਮਿਲੀ, ਇੱਕ ਬੜੀ ਖੁਸ਼ੀ ਹੋਈ ਖਬਰ ਸੁਣ ਕੇ ਕਿ ਸਿੱਧੂ ਮੂਸੇਵਾਲੇ ਦੇ ਘਰ ਇੱਕ ਛੋਟੇ ਬੱਚੇ ਨੇ ਜਨਮ ਲਿਆ, ਸਿੱਧੂ ਦਾ ਛੋਟਾ ਭਰਾ। ਮਤਲਬ ਖੁਸ਼ੀ ਜੀ ਬੜੀ ਹੁੰਦੀ ਹੈ ਨਾ, ਕਿ ਕਿੱਦਾਂ ਯਾਰ, ਮਤਲਬ ਉਹਦੇ ਘਰ ਦੇ ਕਿੰਨੇ ਦੁਖੀ ਸੀਗੇ ਵਿਚਾਰੇ। ਕੁਦਰਤ ਕਮਾਲ ਹੀ ਆ ਨਾ, ਵੀ ਫਿਲਮਾਂ 'ਚ ਹੁੰਦਾ ਨਾ ਇੱਦਾਂ, ਮੁੰਡਾ ਕਈ ਦਿਨਾਂ ਬਾਅਦ ਵਾਪਸ ਆਇਆ ਤੇ ਆਉਂਦੇ ਆਉਂਦੇ ਸਾਰ ਹੀ ਦੇਖੋ ਸਨੈਪਚੈਟ ਵਾਲੇ ਨੂੰ ਖੁਸ਼ ਕਰਨ ਲੱਗ ਪਿਆ।
ਆਪਾਂ ਮੈਂ ਸਨੈਪਚੈਟ ਪਾ ਦਈਏ ਵਿਊ ਦਿਖਾ ਲਓ ਭਾਜੀ ਨੂੰ ਕਿੰਨਾ ਵਧੀਆ ਉਧਰ ਬਹੁਤ ਸੋਹਣਾ ਪੰਜਾਬ ਦਾ ਮਾਹੌਲ ਬਹੁਤ ਜ਼ਿਆਦਾ ਵਧੀਆ ਆ ਜਿੱਦਾਂ ਜੀ ਹਾਂ ਛੱਡ ਕੇ ਆਜੋ ਕੈਨੇਡਾ ਵਾਲੇ ਸਾਰੇ ਆਜੋ ਵਾਪਸ ਇੱਥੇ ਆਜੋ ਇੱਥੇ ਨੂੰ ਮੈਂ ਕੱਲ ਸੋਚਦਾ ਸੀ ਮੈਂ ਕਿਹਾ ਕਿੰਨਾ ਵਧੀਆ ਹੋਊਗਾ ਇਹ ਸਾਰੇ ਵਾਪਸ ਆ ਜਾਣ ਪੰਜਾਬ 'ਚ ਤੇ ਏਦਾਂ ਹੀ ਸਾਰੇ ਰੌਣਕਾਂ ਹੋਣ ਖੱਤਿਆਂ 'ਚ ਆਪਣੇ ਵਰਗੇ ਮੁੰਡੇ ਸਾਰੇ ਕੰਮ ਕਰਨ ਨਹੀਂ ਵਧੀਆ ਨਾ ਹੋਜੂ ਕੰਮ ਕੱਚਾ ਜਿਹਾ ਹੋ ਗਿਆ ਕਹਿੰਦਾ ਮੈਂ ਤਾਂ ਆਪਦੇ ਆਰੀ 'ਚ ਲਓ ਜੀ ਮੋਟਰ 3 ਤੇ ਆ ਚੁੱਕੇ ਹਾਂ ਆਪਾਂ ਹੁਣ ਪਹਿਲਾਂ ਤਾਂ ਪਹਿਲਾਂ ਇੱਥੇ ਜਾਣਾ ਹੁੰਦਾ ਆਪਾਂ ਟੂਰਿਸਟ ਪਲੇਸ 'ਤੇ ਉਹ ਭਰਾਵਾ ਜੀ ਤੋਂ 10 ਰੁਪਏ ਰੱਖੇ ਉਹ ਲੈ ਗਿਆ ਕੋਈ ਚੱਕ ਕੇ ਕੱਲ੍ਹ ਪਤਾ ਨਹੀਂ ਇੱਥੇ ਡਿੱਗੇ ਪਏ ਸੀ ਹੁਣ ਮੈਂ ਕਈ ਦਿਨ ਦੇ ਇੱਥੇ ਰੱਖਤੇ ਸੀਗੇ ਮੈਂ ਇੱਥੇ ਰੱਖਤੇ ਸੀ ਉਦਣ ਦੇ ਕੱਲ੍ਹ ਕੋਈ ਲੈ ਗਿਆ ਚੱਕ ਕੇ ਕੱਲ੍ਹ ਵਾਲੇ ਬਲੌਗ 'ਤੇ ਕਮੈਂਟ ਵੀ ਆਇਆ ਕਿਸੇ ਦਾ ਜਿਹੜਾ ਅੱਜ ਦਾ ਦੂਜਾ ਕਮੈਂਟ ਪਿੱਕ ਕਰਦੇ ਹਾਂ ਆਪਾਂ ਵੀ ਮੈਂ ਚੱਕਿਆ 10 ਰੁਪਏ ਕਮੈਂਟ ਵੀ ਜਸ ਦਸਾਂਝ ਦੇ ਨਾਂ ਤੋਂ ਇਹ ਜਸ ਦਸਾਂਝ ਕੌਣ ਆ ਯਾਰ ਦੱਸਿਓ ਮਾੜਾ ਜਿਹਾ ਜਸ ਦਸਾਂਝ ਇੱਕ ਤਾਂ ਆਪਣਾ ਹੀ ਆ ਉਹ ਤਾਂ ਨਹੀਂ ਹੋਣਾ ਉਹਨੇ ਤਾਂ ਦੱਸ ਦੇਣਾ ਸੀ ਜਾਂ ਕਿਸੇ ਨੇ ਉਦੇ ਤੁੱਕਾ ਹੀ ਕੀਤਾ ਵੀ ਮੈਂ ਚੱਕ ਲੈ ਉਹ ਫਿਰ ਕੋਇਨਸੀਡੈਂਸ ਤਕੜਾ ਹੋ ਗਿਆ ਸੱਚੀ ਚੱਕ ਹੋਇਆ ਕੱਲ ਉਹ ਰੂਮ ਵੀ ਚੈੱਕ ਕਰ ਲਈਏ ਗਾਹਕ ਗੂਕ ਨਾ ਆਵੇ ਕੋਈ ਸਰ ਮੇ ਆਈ ਕਮ ਇਨ ਆਰਡਰ ਰੈਡੀ ਹੈ ਇੱਥੇ ਇੱਕ ਮੈਡੀਕਲ ਨਾ ਖੋਲ ਦਈਏ ਆਹ ਦੇ ਕਿੰਨੇ ਲੱਗੇ ਹੋਏ ਆਪਣੇ ਯਾਰ ਮਿੱਤਰ ਮੈਨੂੰ ਹੁਣ ਸਮਝ ਨਹੀਂ ਆਉਂਦੀ ਤੇ ਸਪਰੇ ਕਰੀਏ ਜੇ ਰਹਿਣ ਦੀ ਯਾਰ ਹਜੇ ਤੱਕ ਸਾਡੇ ਤੋਂ ਘਾਹ ਨਹੀਂ ਕਢਾਇਆ ਗਿਆ ਹੋਰ ਇੱਕ ਕਿਸੇ ਦਾ ਕਮੈਂਟ ਆਇਆ ਬਾਈ ਰੋਜ਼ ਹੀ ਕਮੈਂਟ ਕਰੀ ਜਾਂਦਾ ਵੀ ਵੋਟ ਫੋਰ ਲਿਵਿੰਗ ਇਨ ਮੋਟਰ ਫੋਰ 24 ਆਵਰਸ ਯਾਰ ਕਰ ਤਾਂ ਲਈਏ ਇਹਦੇ ਨਹੀਂ ਸਾਨੂੰ ਪੰਗਾ ਬਹੁਤ ਯਾਰ ਦੇਖੋ ਜੀ ਆਪਾਂ ਭਾਈ ਨੂੰ ਕਹਿਤਾ ਆ ਤੂੰ 24 ਘੰਟੇ ਹਨਾ ਇਹ ਮੋਟਰ ਤੇ ਰੁਕਣ ਵਾਲਾ ਬਣ ਮੈਂ ਤੇਰੀ ਸ਼ਾਮ ਦੀ ਰੋਟੀ ਪਹੁੰਚਦੀ ਕਰ ਦੂੰ ਠੀਕ ਆ ਸਵੇਰ ਦੀ ਚਾਹ ਵੀ ਆਜੂ ਤੇਰੀ ਉਦੋਂ ਅਗਲੇ ਦਿਨ ਤੈਨੂੰ ਲੈ ਵੀ ਜਾਊ ਮੈਂ ਆ ਕੇ 24 ਘੰਟੇ 'ਚ ਆਪਾਂ ਜਿਮ ਲਾਉਣਾ ਹੁੰਦਾ ਡਾਈਟ ਖਾਣ ਡਾਈਟ ਸਕਿਪ ਕਰ ਸਕਦੇ ਹਾਂ ਚਾਹ ਜਿਮ ਸਕਿਪ ਕਰ ਸਕਦੇ ਹਾਂ ਮਾਮੇ ਦੀਆਂ ਗੋਲੀਆਂ ਉਹ ਜ਼ਿਆਦਾ ਮੈਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਘਰੇ ਅਤੇ ਹੋਰ ਵੀ ਕਈ ਕੰਮ ਹੈਗੇ ਜੀ 24 ਘੰਟੇ ਔਖਾ ਹੋ ਜਾਣਾ ਨਾ ਫਿਰ ਦੁੱਧ ਦੁੱਧ ਲੈਣ ਜਾਣਾ ਹੁੰਦਾ ਔਖਾ ਜਿਹਾ ਲੱਗਦਾ ਥੋੜ੍ਹਾ ਆਪਣੇ ਲਾਈਫ ਦੇ ਉਹ ਦੇਖ ਕੇ ਕੰਮ ਰੁਝੇਵਿਆਂ ਨੂੰ ਦੇਖ ਕੇ ਉਹ ਜੱਟ ਨਾ ਕਲੈਸ਼ ਕਰਦੇ ਬੜੇ ਮੋੜੇ ਮੈਂ ਟਰਾਲੀਆਂ 'ਚ ਪਾ ਕੇ ਵਿਊ ਤਾਂ ਦੇਖ ਸਕਦੇ ਆਪਾਂ ਪਹਿਲਾਂ ਵੀ ਦਿਖਾ ਦਿੱਤਾ ਸਾਨੂੰ ਇਹ ਤਾਂ ਮੇਰੇ ਤੇ ਡਿਪੈਂਡ ਕਰਦਾ ਵੀ ਇਹ ਵਿਊ ਤੇਰਾ ਮੈਂ ਐਡੀਟਿੰਗ 'ਚ ਰਹਿਣ ਦੇਣਾ ਕਿ ਨਹੀਂ ਇਹ ਰਹੂਗਾ ਨਹੀਂ ਹੁਣ ਤਾਂ ਵੈਸੇ ਪੰਚ ਮਾਰਤਾ ਵੀ ਹੁਣ ਤਾਂ ਰੱਖ ਲੂੰਗਾ ਵੈਸੇ ਨਹੀਂ ਰੱਖਣਾ ਸੀ ਇਹ ਮੈਨੂੰ ਕਹਿੰਦਾ ਜਿਮ ਨਹੀਂ ਜਾ ਜਿਮ ਜਾ ਨਹੀਂ ਹੁੰਦਾ ਕਹਿੰਦਾ ਕੰਮ ਬਹੁਤ ਪੈ ਜਾਂਦੇ ਮੈਂ ਕਿਹਾ ਟਾਈਮ ਤਾਂ ਕੱਢਣਾ ਪੈਂਦਾ ਰੋਟੀ ਦੀ ਵੀ ਕੱਢਦੇ ਹੀ ਆਪਾਂ ਸਹੀ ਗੱਲ ਹੈ ਜਿੱਥੇ ਮਰਜ਼ੀ ਹੋਈ ਆਪਾਂ ਰੋਟੀ ਖਾ ਲੈਂਦੇ ਹਾਂ ਉਹ ਤਾਂ ਇਹਨੂੰ ਇੱਕ ਪਾਰਟ ਆਫ ਲਾਈਫ ਜਿਹਾ ਬਣਾ ਲਵੇ ਫਿਰ ਆਪਾਂ ਜਿਮ ਸ਼ੁਰੂ ਕੀਤੀ ਆ ਕੱਲ ਤੋਂ ਖਤਮ ਵੀ ਕੱਲ ਹੀ ਕਰਤੀ ਬੋਲਿਆ ਨਹੀਂ ਇਧਰੋਂ ਬੜਾ ਮਹੱਲਾ ਸ਼ਾਂਤ ਜਿਹਾ ਹੋ ਗਿਆ ਆਪਣੇ ਚੋਬਰਾ ਦੇਖੋ ਤੇ ਆਵਾਜ਼ ਆਉਂਦੀ ਦੇਖੀ ਲੋਹਾ ਲੋਹਾ ਕੀ ਜੀ ਪੌਣੇ 7 ਦੀਆਂ ਖਬਰਾਂ ਤੁਹਾਡਾ ਫੇਰ ਸਵਾਗਤ ਆ ਆ ਦੇਖੋ ਜੀ ਪੱਤੇ ਆਉਣ ਲੱਗ ਪਏ ਆ ਜਿਹੜੇ ਕਿ ਸਰ ਐਡ ਆ ਗਈ ਐਡ ਐਡ ਆ ਗਈ ਨਮਸਕਾਰ ਪਾਨ ਮਸਾਲਾ ਲੈ ਲਓ ਆ ਓਏ ਰੂਮ ਜ਼ਰੂਰ ਆਓ ਜ਼ਰੂਰ ਆਓ ਰਮੇ ਇੱਕ ਤੇਰਾ ਐਗਜ਼ਾਮ ਹੈ ਤੇਰਾ ਟੈਸਟ ਲੈਣੇ ਆ ਠੀਕ ਹੈ ਜੀ ਮੋਟਰ ਕਿਹੜੀ ਆ ਇਹ ਨੰਬਰ 1 ਆ ਮੇਰਾ ਭਰਾ ਮੇਰਾ ਭਰਾ ਪਾਸ ਪਾਸ ਉਹ ਜੀ ਸਾਰੀਆਂ ਮੋਟਰਾਂ ਦੇ ਹੁਣ ਇੱਕ ਵਾਰ ਆਪਾਂ ਗੇੜਾ ਲਾ ਲਿਆ ਹੁਣ ਆਪਣਾ ਵਲੌਗ ਆਪਣਾ ਅੱਜ ਵਾਲਾ ਅਪਲੋਡ ਹੋ ਚੁੱਕਾ ਆ ਤੇ ਕੱਲ ਨੂੰ ਆਪਾਂ ਜਾਣਾ ਅੰਕਲ ਹੋਣਾ ਨਾ ਸਪਰੇ ਕਰਾਉਣੀ ਸੀ ਕੱਲ ਨੂੰ ਵੈਸੇ ਸੋਚਿਆ ਸੀਗਾ ਕੱਲ ਨੂੰ ਸ਼ਾਇਦ ਕਰਾਊਂਗਾ ਬਟ ਹੁਣ ਕੈਂਸਲ ਹੋ ਗਿਆ ਆਪਣਾ ਕੰਮ ਨੂਰਮਹਿਲ ਜਾ ਕੇ ਆਉਣ ਦਾ ਸੋਚ ਰਹੇ ਹਾਂ ਸ਼ਹਿਰ ਨੂੰ ਕਿਉਂਕਿ ਅੱਜ ਸੰਡੇ ਆ ਥੋੜ੍ਹਾ ਜਿਹਾ ਘੁੰਮ ਲੈਣਾ ਚਾਹੀਦਾ ਦਿਮਾਗ ਥੋੜ੍ਹਾ ਜਿਹਾ ਫਰੈਸ਼ ਹੋ ਜਾਂਦਾ ਆ ਟਾਇਰ 'ਚ ਤਾਂ ਹਵਾ ਹੀ ਹੈ ਨਹੀਂ ਓਏ ਭੰਬਲ ਭੂਸਾ ਸਾਡੇ ਨਾਲ ਨਾ ਹੋਵੇ ਤਾਂ ਹੋ ਹੀ ਨਹੀਂ ਸਕਦਾ ਨਿਕਲ ਚੁੱਕੇ ਹਾਂ ਅੱਜ ਆਪਾਂ ਅਨਪਲੈਨਡ ਟ੍ਰਿਪ ਤੇ ਟ੍ਰਿਪ ਕਿੱਡਾ ਰਾਜਸਥਾਨ ਨੂੰ ਚੱਲੇ ਹਾਂ ਆ ਨੂਰਮਹਿਲ ਚੱਲੇ ਮੋਟਰ ਸਾਡੇ ਸਰ 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 ਫੋਟੋ ਸਰ ਚੌਥਾ ਕਮੈਂਟ ਪਿੱਕ ਕਰਦੇ ਆ ਬਾਈ ਬਾਈ ਕਹਿੰਦਾ ਮੋਸਟ ਸੈਕੂਲਰ ਗਾਏ ਇੱਕ ਹਫ਼ਤੇ 'ਚ ਗੁਰਦੁਆਰਾ ਮਸਜਿਦ ਮੰਦਰ ਸਭ ਕਿਤੇ ਜਾ ਆਇਆ ਆਪਣਾ ਤਾਂ ਹਿਸਾਬ ਖੁੱਲ੍ਹਾ ਚੱਲਦਾ ਆਪਾਂ ਆਪਣੇ ਗੁਰੂ ਨੂੰ ਪਹਿਲ ਦੇ ਕੇ ਬਾਕੀ ਕਿਸੇ ਨੂੰ ਮਾੜਾ ਨਾ ਕਹੋ ਜਾਣ ਮੰਨਣਾ ਨਾ ਹੁੰਦਾ ਮੇਨ ਤਾਂ ਮੈਂ ਪਹਿਲਾਂ ਵੀ ਉਦੋਂ ਕਿਹਾ ਸੀ ਵੀ ਤੋਂ ਹੀ ਕਿਸੇ ਨੂੰ ਮੰਨਦੇ ਆ ਜਾਂ ਨਹੀਂ ਮੰਨਦੇ ਉਹ ਗੱਲ ਆ ਬਟ ਜਾਣ ਹੁਣ ਉਹਨਾਂ ਦਾ ਕੁਝ ਨਹੀਂ ਹੁੰਦਾ ਇਸ ਦੁਨੀਆ 'ਚ ਸਭ ਤੋਂ ਬੈਸਟ ਚੀਜ਼ ਉਹ ਬੰਦਾ ਆ ਜਿਹੜਾ ਸਮਝ ਗਿਆ ਵੀ ਸਾਰਾ ਕੁਛ ਪੋਲੀਟਿਕਸ ਆ ਸਾਰਾ ਕੁਛ ਫੇਕ ਹੀ ਚੱਲਣ ਡਿਆ ਕਿਸਮ ਦਾ ਸਮਝਣ ਦੀ ਲੋੜ ਆ
ਆਪਾਂ ਨੂਰ ਮੈਨੂੰ ਤੁਰਤਾ ਪਏ, ਆਪਾਂ ਨੂੰ ਇਹ ਨਹੀਂ ਪਤਾ ਵੀ ਆਪਾਂ ਜਾਣਾ ਕੀ ਕਰਨੇ ਆ। ਨੂਰ ਮਹਿਲ ਦਾ ਟਿਕਟੋਕ ਏਰੀਆ ਤੇ ਰੀਲਾਂ ਰੀਲਾਂ ਬਣਦੀਆਂ, ਆਹ ਦੇਖੋ ਆ ਗਿਆ ਬਾਈ ਹੁਣੀ ਆ ਗਿਆ ਟਰੈਕਟਰ ਲੈ ਕੇ ਰੀਲਾਂ ਬਣਾਉਣ। ਨੂਰ ਮਹਿਲ ਦੀ ਸਰਾਂ ਚੈੱਕ ਕਰੋ, ਪਤਾ ਹੀ ਹੋਣਾ ਵੈਸੇ ਤੁਹਾਨੂੰ ਇਹਦੇ ਬਾਰੇ, ਪੀਣ ਨੂੰ ਜੀ ਕਰਦਾ ਬਟ ਜੂਸ ਨਹੀਂ ਪੀਣਾ ਹੈਗਾ ਨਾ, ਕੋਕ ਪੀਣਾ ਯਾਰ ਕੋਕ। ਤੇ ਹੁਣ ਤੈਨੂੰ ਕਿਹੜੀ ਭਾਸਮ ਬਣਾ ਕੇ ਦਵਾਂ, ਅੱਜ ਯਾਰ ਪੀਜ਼ਾ ਖਾਣ ਦਾ ਮਨ ਹੋ ਰਿਹਾ ਤੇ ਆਪਾਂ ਨੂੰ ਅੱਜ ਡੋਮਿਨਿਕ ਜੋ ਮੀਡੀਅਮ ਤੇ ਲਾਰਜ ਜੋ ਇੱਕ ਨਾ ਇੱਕ ਫ੍ਰੀ ਮਿਲ ਜਾਣਾ। ਆਫਰਾਂ ਛੱਡ ਤੂੰ, ਇੱਥੇ ਤੈਨੂੰ ਪੀਜ਼ਾ ਖਵਾਉਣਾ ਤੂੰ ਭੁੱਲ ਜਾਏਗਾ, ਬਹੁਤ ਟਾਈਮ ਬਾਅਦ ਪੀਜ਼ਾ ਖਾ ਰਹੇ ਆ ਬਈ। ਜੇ ਕਿਸਾਨ ਬ੍ਰਾਂਡਡ ਪਾਣੀ ਪੀਤਾ ਹੈ, ਇਸ ਕੋ ਪੱਕਾ ਫੰਡਿੰਗ ਆਈ ਹੋਗੀ ਕੈਨੇਡਾ ਸੇ। ਆ ਦੁਕਾਨ ਛੋਟੀ ਜੀ ਆ ਜਿੱਥੇ ਆਏ ਆ, ਇੱਕ ਨੰਬਰ ਪੀਜ਼ਾ ਹੁੰਦਾ ਨੂਰ ਮਹਿਲ 'ਚ ਬਾਈ, ਜਿੱਦ ਤੱਕ ਮੈਨੂੰ ਯਾਦ ਹੈ ਸਾਲ ਹੋ ਗਏ ਪੀਜ਼ਾ ਕਰਦੇ ਨੂੰ। ਇਹ ਮੈਨੂੰ ਕਹਿੰਦਾ ਕਿਤੇ ਹੋਰ ਜਾਣਾ, ਉੱਥੇ ਆਫਰ ਲੱਗੀ ਹੋਈ ਆ ਬਾਈ ਵਨ ਗੈਟ ਵਨ, ਮੈਂ ਕਿਹਾ ਵੀ ਬਾਈ ਵਨ ਗੈਟ ਵਨ ਛੱਡ ਤੂੰ ਇੱਕ ਵਾਰ ਸਵਾਦ ਚੈੱਕ ਕਰੀ ਇੱਥੇ, ਹੁਣ ਮੈਂ ਤੈਨੂੰ ਬਾਅਦ 'ਚ ਪੁੱਛੂੰਗਾ ਵੀ ਸਵਾਦ ਕਿੱਦਾਂ ਦਾ। ਹੁਣ ਲਓ ਜੀ ਆ ਚੁੱਕਿਆ ਸਾਡਾ ਪੀਜ਼ਾ ਪਨੀਰ ਬਟਰ ਮਸਾਲਾ, ਇਹ ਹੁਣ ਕਿੱਦਾਂ ਲੱਗਾ ਫਿਰ ਪੀਜ਼ਾ? ਨਹੀਂ ਪੀਜ਼ਾ ਘੈਂਟ ਹੈ ਯਾਰ, ਕਰਦੇ ਭਾਈ ਦੀ ਤਾਰੀਫ, ਭਾਈ ਦੀ ਬਹੁਤ ਬਹੁਤ ਤਾਰੀਫ ਕਰਦੇ ਆ ਯਾਰ, ਉਹ ਛੱਡੋ ਉੱਧਰ ਆਫਰਾਂ ਵਿੱਚ ਇੱਥੋਂ ਖਾਓ ਭਾਈ ਦਾ ਪੀਜ਼ਾ, ਬਾਲਾ ਮਹਿੰਗਾ ਨਹੀਂ ਹੈਗਾ ਜ਼ਿਆਦਾ। ਨੂਰ ਮਹਿਲ ਵਾਲੇ ਪਹੁੰਚ ਜਾਓ ਬਾਈ, ਸਨੀ ਪੀਜ਼ਾ ਬਾਈ ਦੇ ਸਮਝੋ ਅਸੀਂ ਭਾਜੀ ਸਾਨੂੰ ਪੈਸੇ ਘੱਟ ਦੇ, ਅਸੀਂ ਤਾਂ ਤਾਰੀਫ ਕਰਦੇ, ਪੂਰੇ ਪੈਸੇ ਦਿੱਤੇ ਭਾਜੀ ਨੂੰ ਪਹਿਲਾਂ ਤੋਂ ਆਉਣੇ। ਠੀਕ ਠੀਕ ਹੈ ਭਾਜੀ, ਹੈ ਅੱਜ ਦਾ ਗੰਦ ਖਾ ਲਿਆ, ਹੁਣ ਕੱਲ੍ਹ ਲਈ ਵਧੀਆ ਡਾਇਟ ਲੈ ਲਈਏ ਬਾਈ, ਗੰਦ ਰੋਜ਼ ਥੋੜੇ ਗੰਦ ਰੋਜ਼ ਖਾ ਖਾ ਨਹੀਂ ਸਰਨਾ। ਓਕੇ ਭਾਜੀ, ਚੰਗਾ ਜੀ, ਓਕੇ ਮਿਲਦੇ ਹਾਂ। ਸੈਰ ਤੇ ਜਾਣਾ ਹੁਣ ਆਪਾਂ, ਜਿਹੜਾ ਪੀਜ਼ਾ ਖਾਧਾ ਨਾ ਉਹਨੂੰ ਰਗੜ ਰਗੜ ਕੇ ਘੋਲਣਾ ਅੰਦਰ। ਅਗਸਤ 'ਚ ਖਾਧਾ ਸੀ ਮੈਨੂੰ ਯਾਦ ਹੈਗਾ ਪੀਜ਼ਾ ਲਾਸਟ ਟਾਈਮ, ਅਗਸਤ 'ਚ ਖਾਧਾ ਸੀ। ਚਲੋ ਮਾਮਾ ਸੈਰ ਤੇ ਚੱਲੀਏ, ਹੁਣ ਹੋ ਗਿਆ ਟਾਈਮ। ਮਾਮਾ ਧੋਖੇਬਾਜ਼ ਇੱਕ ਨੰਬਰ ਦੇ ਬਣ ਗਏ। ਲੋ ਜੀ ਮਤਲਬ ਮਾਮੇ ਤੇ ਵਕਰ, ਫਿਰ ਤੋਂ ਧੋਖਾ ਪੀਣ ਤੋਂ ਬਾਅਦ ਮੈਂ ਸੈਰ ਤੇ ਆ ਚੁੱਕਾ ਜੀ, ਥੋੜ੍ਹਾ ਜਿਹਾ ਲੇਟ ਹੋ ਚੁੱਕਿਆ, ਮੈਂ 9 ਵੱਜ ਚੁੱਕਿਆ, ਬਟ ਗੁੱਡ ਥਿੰਗ ਇਜ਼ ਆਪਣੇ 8000 ਸਟੈਪ ਡਾਊਨ ਹੋ ਚੁੱਕੇ ਆਲਰੇਡੀ। ਸੋ ਇੱਕ ਕਮੈਂਟ ਆਇਆ ਸੀਗਾ ਬਾਈ ਕ੍ਰੀਟੀਨ ਯੂਜ਼ ਕਰਿਆ ਕਰ, ਵਧੀਆ ਰਿਜ਼ਲਟ ਮਿਲਦੇ ਆ। ਨਹੀਂ ਵੀਰੇ ਕ੍ਰੀਟੀਨ ਨਹੀਂ ਮੈਂ ਯੂਜ਼ ਕਰਦਾ, ਮੈਂ ਸਿਰਫ ਇੱਕ ਹੀ ਪ੍ਰੋਡਕਟ ਯੂਜ਼ ਕਰਦਾ ਹਾਂ ਵੇ ਪ੍ਰੋਟੀਨ, ਬਾਕੀ ਜ਼ਿਆਦਾ ਉਹਦੇ ਬਾਰੇ ਮੈਂ ਪੜਿਆ ਵੀ ਹੈ ਨਹੀਂ, ਪੜ੍ਹਨ ਤੋਂ ਬਿਨਾਂ ਮੈਂ ਸ਼ੁਰੂ ਨਹੀਂ ਕਰਦਾ ਕੋਈ ਵੀ ਚੀਜ਼। ਮੇਰੇ ਖਿਆਲ ਨਾਲ ਮੈਨੂੰ ਮਹੀਨੇ ਤੋਂ ਜ਼ਿਆਦਾ ਹੋ ਗਿਆ ਰੈਗੂਲਰ ਵਲੋਗਿੰਗ ਕਰਦੇ ਨੂੰ, ਪਤਾ ਹੀ ਨਹੀਂ ਲੱਗਿਆ ਕਿੰਨੀ ਤੇਜ਼ ਹੋ ਗਿਆ ਮਹੀਨਾ ਐਡੀਟਿੰਗ ਉਡੀਟਿੰਗ ਆ ਵਲੋਗਾਂ ਦੇ ਚੱਕਰ 'ਚ। ਬਾਕੀ ਮੈਨੂੰ ਹੁਣੇ ਯਾਦ ਆਇਆ ਮਾਮੇ ਦੇ ਫੋਲੋਅਪ ਦਾ ਵੀ ਟਾਈਮ ਹੋ ਗਿਆ, 22 ਤਰੀਕ ਨੂੰ ਜਾਣਾ ਦੁਬਾਰਾ ਹੋਸਪਿਟਲ। ਬਾਈ ਕਹਿੰਦਾ ਧੰਨਵਾਦ ਤੇਰਾ ਆਪਣਾ ਦੇਸੀ ਕਲਚਰ ਦਿਖਾਉਣ ਲਈ, ਧੰਨਵਾਦ ਤੁਹਾਡਾ ਵੀਰੇ ਐਕਚੁਅਲੀ, ਕਿਉਂਕਿ ਦੇਸੀ ਇਹ ਚੀਜ਼ਾਂ ਕੋਈ ਦੇਖਣਾ ਪਸੰਦ ਨਹੀਂ ਕਰਦਾ, ਜ਼ਿਆਦਾਤਰ ਸ਼ੂਸ਼ਾਬਾਜ਼ੀ ਚੱਲਦੀ ਆ। ਮੈਂ ਬਣਿਆ ਹੋਇਆ, ਮੇਰਾ ਇਹੀ ਮਕਸਦ ਹੀ ਇਹ ਆ ਵੈਸੇ ਇਸ ਚੈਨਲ ਦਾ ਕਿ ਆਪਾਂ ਦੇਸੀ ਚੀਜ਼ਾਂ ਨੂੰ ਹੀ ਉੱਪਰ ਚੱਕਣਾ, ਬਾਕੀ ਤੁਹਾਡੀ ਸਪੋਰਟ ਦੇ ਨਾਲ ਹੀ ਆ ਸਾਰਾ ਕੁਛ। ਸੋ ਮਿੱਤਰੋ 10000 ਸਟੈਪ ਆਪਣੇ ਡਨ ਹੋ ਚੁੱਕੇ ਆ, ਪੀਜ਼ਾ ਤਾਂ ਕੁੱਟ ਕੁੱਟ ਕੇ ਕੜੀ ਬਣਾ ਦਿੱਤਾ ਆਪਾਂ ਅੰਦਰ, ਐਂ ਘੋਲ ਸਿੱਟਿਆ ਪੂਰਾ। ਫਿਟਨੈਸ 'ਤੇ ਧਿਆਨ ਦਿਓ ਆਪਣੀ ਆਪਣੀ ਦੇ ਬਾਈ, ਪੀਜ਼ਾ ਖਾਣ ਤੋਂ ਬਾਅਦ ਲੈਕਚਰ ਦਿੰਦਾ ਹੋਇਆ ਮੈਂ। ਸੋ ਮਿੱਤਰੋ ਅੰਧੇਰੀ ਕਾਲੀ ਰਾਤ ਮੈਂ ਚੀਟਾ ਦੁੱਧ ਪੀਣੇ ਦਾ ਟਾਈਮ ਹੋ ਚੁੱਕਾ ਹੈ। ਲੋ ਜੀ ਮਿੱਤਰੋ 11 ਵਜਣ ਵਾਲੇ ਆ ਅਤੇ ਆਪਣਾ ਟਾਈਮ ਹੋ ਚੁੱਕਿਆ ਸੌਣ ਦਾ, ਬਹੁਤ ਜ਼ਿਆਦਾ ਨੀਂਦ ਆ ਰਹੀ ਅੱਜ ਬਾਈ। ਸਵੇਰ ਨੂੰ ਉੱਠਣਾ ਆਪਾਂ, ਕਿਉਂਕਿ ਤੈਨੂੰ ਦੱਸਿਆ ਜਾਣਾ ਕਰ ਲੂੰ ਆਪਾਂ ਕਰਾਉਣਾ ਨਾ, ਪਹਿਲਾਂ ਜਿਮ ਜਾਣਾ, ਉਸ ਤੋਂ ਪਹਿਲਾਂ ਮੇਰਾ ਰੀਚਾਰਜ ਹੋ ਚੁੱਕਾ ਖਤਮ, ਮੈਸੇਜ ਆ ਚੁੱਕਾ ਵੀ ਤੁਹਾਡਾ 100% ਡਾਟਾ ਕੰਜ਼ਿਊਮ ਹੋ ਚੁੱਕਾ। ਥੈਂਕ ਯੂ ਸੋ ਮਚ ਅੱਜ ਕੇ ਇਸ ਬਲੌਗ ਕੋ ਪਹੁੰਚਣ ਕੇ ਲਈ, ਮਿਲਤੇ ਹੈ ਕੱਲ੍ਹ ਵਾਲੇ ਬਲੌਗ ਮੈਂ।